ਮੈਨੂੰ ਤਾਂ ਇੱਕ ਨਹੀਂ ਸਮਝ ਆਉਂਦੀ ਉਹ ਭਰਾਵੋ ਤੁਸੀਂ ਆਹ ਫੋਟੋਆਂ ਮੈਂ ਪੋਸਟਰ ਦੇਖੀ ਜਾਂਦਾ ਸੀ ਉਹ ਐਡੇ ਐਡੇ ਜੇਲ੍ਹਾਂ ਜੀ ਵਾਲੇ ਨਾ ਜਿਵੇਂ ਵੀ ਮੰਨ ਲਓ ਪੋਸਟਰ ਲਾਇਆ ਉਹਨੂੰ ਐਂ ਪੁੱਛੋ ਵੀ ਕਿਤੇ ਪਾਣੀਪਤ ਦੀ ਲੜਾਈ ਲੜਕਿਆ ਜਾਂ ਕਾਰਗਿਲ ਦਾ ਯੁੱਧ ਲੜਿਆ ਵੀ ਜਿਹਦੇ 'ਚ ਉਹ ਜੇਲ੍ਹ 'ਚ ਬੰਦ ਹੋਇਆ ਸੀ ਜਾਂ ਕੋਈ ਪੁਰਾਣਾ ਕੋਈ ਉਹਨੇ ਇਤਿਹਾਸ ਫਰੋਲਿਆ ਉਹ ਜੇਲ੍ਹਾਂ ਵਾਲਾ ਉਹ ਤਾਂ ਕਰਪਸ਼ਨ ਦੇ ਕੇਸ 'ਚ ਗਿਆ ਯਾਰ ਉਹਦੀਆਂ ਫੋਟੋਆਂ ਲਾਈ ਜਾਂਦੇ ਹੋਏ ਜੀ ਤੁਸੀਂ ਤਿੰਨ ਵਾਰ ਟੈਂਡਰ ਹੋ ਕੇ ਕੈਂਸਲ ਹੋ ਗਿਆ ਬਣਾਉਣ ਨਹੀਂ ਆਇਆ ਠੇਕੇਦਾਰ ਕੀ ਇਹਦਾ ਮਤਲਬ ਸਰਕਾਰ ਕੋਲੇ ਕਿਉਂ ਮੈਂ ਪੁੱਛਿਆ ਜਦੋਂ ਉਹਨਾਂ ਨੂੰ ਇੱਕ ਦੋ ਬੰਦਿਆਂ ਨੂੰ ਪੁੱਛਿਆ ਕਿਉਂ ਨਹੀਂ ਬਣਾਈ ਕਹਿੰਦੇ ਜੀ ਸਰਕਾਰ ਦੇ ਖਜ਼ਾਨੇ 'ਚ ਪੈਸੇ ਹੈ ਨਹੀਂ ਕਹਿੰਦਾ ਬਣਾਉਣ ਵਾਸਤੇ ਟੈਂਡਰ ਲਾ ਦਿੰਦੇ ਨੇ ਪੈਸੇ ਖਜ਼ਾਨੇ ਦੇ ਵਿੱਚ ਹੈ ਨਹੀਂ ਇਸ ਕਰਕੇ ਸੜਕ ਬਣਦੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਸੰਗਰੂਰ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਭਵਾਨੀਗੜ੍ਹ ਵਿਖੇ ਅਕਾਲੀ ਉਮੀਦਵਾਰ ਇਕਬਾਲ ਸਿੰਘ ਚੂੰਦਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਪਿੰਡਾਂ ਵਿੱਚ ਭਰਵਾਂ ਸਹਿਯੋਗ ਮਿਲ ਰਿਹਾ ਹੈ ਪਿੰਡਾਂ ਦੇ ਬਜ਼ੁਰਗ ਤਾਂ ਪਹਿਲਾਂ ਹੀ ਅਕਾਲੀ ਦਲ ਨਾਲ ਸਨ ਪਰੰਤੂ ਹੁਣ ਨੌਜਵਾਨ ਵੀ ਅਕਾਲੀ ਦਲ ਨਾਲ ਜੁੜ ਰਹੇ ਹਨ ਵੈਸੇ ਤਾਂ ਗੋਲਡੀ ਸਾਹਿਬ ਨੇ ਸਾਰੀ ਵਿਸਥਾਰ ਨੂੰ ਦੱਸਤਾ ਜਿੱਥੋਂ ਤੱਕ ਸਵਾਲ ਚੋਣ ਦਾ ਹੈ ਦਿਨ ਪਰ ਦਿਨ ਚੋਣ ਹੈ ਨਾ ਜਿਹੜੀ ਉਹ ਮਿਹਮ ਬਹੁਤ ਤੇਜ਼ੀ ਨਾਲ ਫੜ ਰਹੀ ਹੈ ਅਸੀਂ ਸ਼ਹਿਰ ਦੇ ਵਿੱਚ ਵੀ ਦੇਖਿਆ ਕਿ ਡੋਰ ਟੂ ਡੋਰ ਕਰਕੇ ਜਿਹੜੇ ਬੰਦੇ ਅਸੀਂ ਜਾਣਦੇ ਵੀ ਨਹੀਂ ਸੀ ਉਹਨਾਂ ਨੇ ਵੀ ਇਸ ਗੱਲ ਦਾ ਹੰਗਾਰਾ ਭਰਿਆ ਕਿ ਅਸੀਂ ਇਕਬਾਲ ਸਿੰਘ ਚੂੰਦਾ ਵੋਟ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਦੇ ਖੇਤਰੀ ਪਾਰਟੀ ਬਚਦੀ ਹੈ ਤਾਂ ਹੀ ਪੰਜਾਬ ਨੇ ਬਚਣਾ ਦੇਖੋ ਜਿਸ ਤਰ੍ਹਾਂ ਨੇ ਜ਼ਿਕਰ ਕੀਤਾ ਪ੍ਰੋਗਰਾਮਾਂ ਦਾ 22 ਤਰੀਕ ਨੂੰ ਸ਼ਾਮ ਨੂੰ ਚਾਰ ਪ੍ਰੋਗਰਾਮ ਸ਼ਹਿਰ ਦੇ ਵਿੱਚ ਵੱਡੇ ਰੱਖੇ ਗਏ ਨੇ ਬੜੇ ਤਕੜੇ ਚਾਰੇ ਖੁੱਲ ਜਾਂਦੇ ਜਿਹੜੇ ਬਚ ਗਏ ਬਾਕੀ ਪ੍ਰੋਗਰਾਮ 29 ਤਰੀਕ ਨੂੰ ਕਰਾਵਾਂਗੇ ਪਿੰਡਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਮਿਹਨਤ ਕਰੀ ਆ ਕੱਲ੍ਹ ਘਰਾਚੋ ਵੀ ਗੋਲਡੀ ਜਾ ਕੇ ਆਏ ਨੇ ਘਰ ਘਰ ਜਾ ਕੇ ਆਏ ਨੇ ਬਹੁਤ ਚੰਗਾ ਹੰਗਾਰਾ ਮਿਲਿਆ ਜਿੱਥੋਂ ਤੱਕ ਸਵਾਲ ਚੋਣ ਮੁਹਿੰਮ ਦਾ ਇੱਕ ਬੇਨਤੀ ਆ ਵੈਸੇ ਬਾਹਲੇ ਭਾਸ਼ਣ ਦੇਣ ਦੀ ਲੋੜ ਨਹੀਂ ਕਿ ਕਾਕੜਾ ਸਾਹਿਬ ਜਿਹੜਾ ਬੰਦਾ ਜਿਹੜੇ ਵਰਕਰ 1 ਤਰੀਕ ਨੂੰ ਵੋਟ ਭੁਗਤਾਉਣਗੇ ਉਹਦੀ ਜਿੱਤ ਪੱਕੀ ਹੈ ਸਵਾਲ ਇੱਥੇ ਖੜਾ ਕਿ ਵੋਟ ਦਾ ਭੁਗਤਾਨ ਕਿਸ ਤਰ੍ਹਾਂ ਕਰਨਾ ਹੈ ਜਿਸ ਤਰ੍ਹਾਂ ਬੂਥ ਕਮੇਟੀਆਂ ਨੇ ਸਾਡੀਆਂ ਜਿਹੜੀਆਂ ਅਧੂਰੀਆਂ ਨੇ ਉਹਨਾਂ ਨੂੰ ਪੂਰੀਆਂ ਕਰੀਏ ਆਪਾਂ ਹੁਣ ਗੱਲੇ ਨਿਸ਼ਾਨ ਉੱਥੇ ਖੜੇ ਆ ਗੱਲ 'ਤੇ ਕਿ ਪਿੰਡਾਂ ਦੇ ਜਿਹੜੇ ਆਪਣੇ ਬੂਥ ਜਿੱਥੇ ਨਹੀਂ ਬਣੇ ਕਿਰਪਾ ਕਰਕੇ 25-26 ਤਰੀਕ ਉਹਨੂੰ ਮੁਕੰਮਲ ਕਰੋ ਜਿਹੜੇ ਬੰਦੇ ਨੇ ਬੂਥ 'ਤੇ ਬੈਠਣਾ ਉਹਦੇ ਨਾਲ ਵਾਲਾ 2-3 ਜਿੰਨੇ ਵੀ ਆਪਾਂ ਪ੍ਰਾਪਤ ਕਰ ਸਕਦੇ ਹਾਂ ਉਹਦੇ ਆਧਾਰ ਕਾਰਡ ਦੇ ਕੇ ਜਿਹੜਾ ਵੀ ਉਮੀਦਵਾਰ ਜਿਹੜੇ ਕਿ ਸਾਡੇ ਵਰਕਰ ਸਾਹਿਬਾਨ ਸਹੀ ਢੰਗ ਨਾਲ ਵੋਟ ਭੁਗਤਾ ਰਹੇ ਗਰਮੀ ਦਾ ਬਹੁਤ ਤਕੜਾ ਕਹਿਰ ਹੈ ਅੱਜ ਵੀ 44-45 ਟੈਂਪਰੇਚਰ ਆ 49 'ਤੇ ਜਾਣਾ ਨੇ 23 ਤਰੀਕ ਤੱਕ ਉਹੀ ਕਾਮਯਾਬ ਮਿਲ ਜੂ ਆਪਣੇ ਕੋਲ ਪਾਰਟੀ ਬਾਰੇ ਕੋਈ ਲਾਂਭਾ ਨਹੀਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਕਿੰਨੀ ਸਖਤ ਮਿਹਨਤ ਕਰ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਦੇਖੋ ਦਿਨ ਰਾਤ ਉਹਨਾਂ ਨੇ ਕਰਕੇ ਇਕਬਾਲ ਸਿੰਘ ਚੂੰਦਾ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੇਦਾ ਸ਼ਖਸੀਅਤ ਨੇ ਬਹੁਤ ਹੀ ਪਾਰਟੀ ਦੇ ਵਿੱਚ ਔਖੇ ਸਮੇਂ ਦੇ ਵਿੱਚ ਖੜ੍ਹ ਕੇ ਉਹਨਾਂ ਨੇ ਜ਼ਿਲ੍ਹਾ ਸੰਗਰੂਰ ਨੂੰ ਤਕੜਾ ਕਰਨ ਲਈ ਬਹੁਤ ਵੱਡਾ ਤੁਹਾਡੀ ਸਹਿਯੋਗ ਨਾਲ ਵੱਡਾ ਯੋਗਦਾਨ ਪਾਇਆ ਬਹੁਤ ਹੀ ਮੈਂ ਕਹਿ ਸਕਦਾ ਕਿ ਇੰਨਾ ਵਧੀਆ ਰਿਸਪੌਂਸ ਹੈ ਪਿੰਡਾਂ ਦੇ ਵਿੱਚੋਂ ਮੈਂ ਹਰ ਪਿੰਡ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਕਿ ਆਪਣੇ ਵਰਕਰਸ ਨਾਲ ਆਪਣੇ ਮੇਨ ਲੀਡਰ ਸਾਹਿਬਾਨ ਨਾਲ ਨਿੱਜੀ ਮੀਟਿੰਗਾਂ ਕਰਕੇ ਅਤੇ ਜਿਹੜੀਆਂ ਨੁੱਕੜ ਮੀਟਿੰਗਾਂ ਹੁੰਦੀਆਂ ਨੇ ਉਹਦਾ ਦੌਰ ਸ਼ੁਰੂ ਕੀਤਾ ਹੋਇਆ ਅਤੇ ਉਹਨਾਂ ਮੀਟਿੰਗਾਂ ਦੇ ਵਿੱਚ ਬਹੁਤ ਭਰਮਾ ਰਿਸਪੌਂਸ ਹਰ ਬੰਦਾ ਜਿਹੜਾ ਅੱਜ 2 ਸਾਲ ਦੀ ਇਸ 2.5 ਸਾਲ ਦੀ ਸਰਕਾਰ ਦੇ ਵਿੱਚ ਜਿਹੜਾ ਬਦਲਾਅ ਸੀ ਉਹ ਤੋਂ ਇੰਨਾ ਜ਼ਿਆਦਾ ਕਹਿ ਪਿਆ ਕਿ ਅਗਲਾ ਕਹਿੰਦਾ ਭਾਈ ਗਲਤੀ ਹੋ ਗਈ ਅਤੇ ਨੌਜਵਾਨ ਇਹ ਕਹਿੰਦੇ ਨੇ ਬਜ਼ੁਰਗ ਤਾਂ ਚਲੋ ਪਹਿਲਾਂ ਵੀ ਅਕਾਲੀ ਦਲ ਦਾ ਸਾਥ ਦਿੰਦੇ ਪਰ ਨੌਜਵਾਨਾਂ ਨੇ ਵੀ ਜਿਹੜੇ ਜਿੱਥੇ ਉਹਨਾਂ ਦੇ ਮਨਾਂ ਦੇ ਵਿੱਚ ਸੀ ਸ਼ਾਇਦ ਪਤਾ ਨਹੀਂ ਕਿੰਨਾ ਕੁ ਸਾਨੂੰ ਕੋਈ ਰੁਜ਼ਗਾਰ ਮਿਲ ਜੂਗਾ ਕਿੰਨਾ ਕੁ ਪੰਜਾਬ ਦੇ ਵਿੱਚ ਬਦਲਾਅ ਆਜੂਗਾ ਲੈਂਡ ਆਰਡਰ ਸਹੀ ਹੋ ਜੂਗਾ ਪਰ ਸਾਰੀਆਂ ਚੀਜ਼ਾਂ ਨੌਜਵਾਨ ਅਤੇ ਬਜ਼ੁਰਗ ਜਿਹੜੇ ਇਕੱਠੇ ਹੋ ਕੇ ਗੱਲ ਕਹਿੰਦੇ ਨੇ ਬੀਬੀਆਂ ਕਹਿੰਦੀਆਂ ਨੇ ਜਿਹੜੀਆਂ ਕਹਿੰਦੀਆਂ ਸੀ 1000-1000 ਰੁਪਏ ਮਹੀਨੇ ਕਰਕੇ ਉਹਨਾਂ ਨੂੰ ਭਾਈ ਕਹਿੰਦੀ ਸਾਨੂੰ ਭਰਮਾਇਆ ਸੀ ਅਤੇ ਅੱਜ 25,000 ਕਹਿੰਦੀ ਸਾਡਾ ਬਣਿਆ ਪਿਆ ਅਤੇ ਅੱਜ ਬਹੁਤ ਸੋਹਣਾ ਰਿਸਪੌਂਸ ਮਿਲਦਾ ਅਤੇ ਅੱਜ ਇਸੇ ਕਰਕੇ ਅਸੀਂ ਭਵਾਨੀਗੜ੍ਹ ਵਾਲਿਆਂ ਦੀ ਮੰਗ ਸੀ ਇਸ ਏਰੀਏ ਦੀ ਕਿ ਕਿਉਂਕਿ ਪਿੰਡ ਬਹੁਤ ਪੈਂਦੇ ਨੇ ਸੰਗਰੂਰ ਹਲਕੇ ਦੇ ਜੇ ਕਹੀਏ ਬਾਹਰ ਤੋਂ ਉੱਪਰ ਪਿੰਡੇ ਜਿਹੜੇ ਬਲੋਕ ਦੇ ਵਿੱਚ ਪੈਂਦੇ ਨੇ ਤਾਂ ਉਹਨਾਂ ਕਰਕੇ ਇਹ ਇੱਕ ਦਫ਼ਤਰ ਉਹਨਾਂ ਦੀ ਸਹੂਲਤ ਵਾਸਤੇ ਕੋਈ ਵੀ ਸਮਾਨ ਸਮੱਗਰੀ ਜੋ ਚਾਹੀਦੀ ਹੈ ਇੱਥੋਂ ਉਹਨੂੰ ਮੈਨੇਜ ਕਰਨ ਵਾਸਤੇ ਅਸੀਂ ਦਫ਼ਤਰ ਖੋਲ੍ਹਿਆ ਗਿਆ ਅਤੇ ਬਹੁਤ ਭਰਮਾ ਹੁੰਗਾਰਾ ਅਤੇ ਉਮੀਦ ਕਰਦਾ ਕਿ ਸ਼੍ਰੋਮਣੀ ਅਕਾਲੀ ਜਿਹੜਾ ਪੁਰਾਣੀਆਂ ਲੀਹਾਂ 'ਤੇ ਚੱਲ ਕੇ ਜਿਹੜਾ 85 ਵਾਲਾ ਸ਼੍ਰੋਮਣੀ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਜਥੇਦਾਰ ਸਾਹਿਬਾਨ ਨੂੰ ਮੈਂ ਬੇਨਤੀ ਇਹੀ ਕਰਦਾ ਜਿਹੜੇ ਪਿੰਡਾਂ 'ਚ ਹਲੇ ਵੀ ਕਿਤੇ ਮਨ 'ਚ ਕਈ ਵਾਰੀ ਕਿਉਂਕਿ ਕਿਤੇ ਨਾ ਕਿਤੇ ਊਂ ਤਾਈਆਂ ਰਹੀਆਂ ਨੇ
ਕਮੀਆਂ ਦੇਖੋ ਜੇ ਸਾਡੇ ਤੋਂ ਕੋਈ ਦੂਰ ਹੋਇਆ, ਜੇ ਸਾਡੇ ਜਥੇਦਾਰ ਸਾਹਿਬਾਨ ਸਾਡੀ ਪਾਰਟੀ ਤੋਂ ਦੂਰ ਹੋਏ ਨੇ ਤਾਂ ਕਿਤੇ ਕਮੀਆਂ ਸਾਡੀਆਂ ਹੋਣਗੀਆਂ। ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ ਕੇ ਕਿ ਜਥੇਦਾਰ ਸਾਹਿਬਾਨ ਅਤੇ ਉਹ ਪਰਿਵਾਰ ਜਿਹੜੇ ਅਕਾਲੀ ਦਲ ਨੂੰ ਤੱਕੜੀ ਨੂੰ ਪਿਆਰ ਕਰਦੇ ਨੇ, ਮੈਂ ਤੱਕੜੀ ਵਾਲਿਆਂ ਦੀ ਗੱਲ ਕਰਦੇ ਜਿਹੜੇ ਤੱਕੜੀ ਨੂੰ ਦਿਲੋਂ ਪਿਆਰ ਕਰਦੇ ਨੇ, ਕਿ ਤੁਸੀਂ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੋ, ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ। ਇਹ ਤੁਹਾਡੀ ਪਾਰਟੀ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ ਹੈ। ਸੋ ਤੱਕੜੀ ਨੂੰ ਵੋਟ ਪਾਉਣੀ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ। ਇੱਕ ਲਾਲਜੀਤ ਭੁੱਲਰ ਨੇ ਪੋਸਟਰ ਰਿਲੀਜ਼ ਕੀਤਾ ਆਪਣੇ ਹਲਕੇ ਦੇ ਵਿੱਚ, ਕਿਹਾ ਵੀ ਮੈਂ ਕੱਚੇ ਜਿਹੜੇ ਕਨੈਕਟਡ ਡਰਾਈਵਰ ਸੀ ਉਹਨਾਂ ਨੂੰ ਪੱਕੇ ਕੀਤਾ, ਕੀ ਕਹਿਣਾ ਚਾਹੁੰਦਾ? ਸ਼ਰੇਆਮ ਸ਼ਰੇਆਮ ਝੂਠ। ਮੈਂ ਕਹਿੰਦਾ ਜਿੰਨਾ ਯਾਰ ਝੂਠ ਦਾ ਪਲੰਦਾ ਜੇ ਕਹੀਏ, ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਜਾਂ ਲਾਉਂਦੇ ਨੇ ਪੋਸਟਰ, ਬੋਲਣ ਨੂੰ ਪਤਾ ਕੀ ਹੈ, ਇੱਕ ਚੀਜ਼ ਹੁੰਦੀ ਹੈ, 100 ਝੂਠ ਬੋਲੀ ਜਾਓ, 100 ਵਾਰ ਬੋਲੀ ਜਾਓ, ਉਹ ਝੂਠ ਨਾ ਸੱਚ ਹੀ ਲੱਗਦਾ ਉਹਦੇ। ਜੇ ਕੋਈ ਗੱਲ ਨਾ ਮਤਲਬ ਝੂਠ ਐਂ ਲੈ ਲੋਕਾਂ ਨੂੰ, ਹੁਣ 100  'ਚੋਂ ਚਲੋ ਇੱਕ ਅੱਧਾ ਝੂਠ ਸੱਚ ਹੋਵੇ ਤਾਂ ਗੱਲ ਮੰਨ ਲਈਏ, 100 ਦਾ 100% ਝੂਠ। ਕਿਸੇ ਪਾਸੇ ਮੈਨੂੰ ਇੱਕ ਚੀਜ਼ ਦਿਖਾ ਦੇਣ, ਮੈਨੂੰ ਦਿਖਾ ਦੇਣ ਨੋਟੀਫਿਕੇਸ਼ਨ ਜਾਂ ਉਹ ਲੈਟਰ ਦਿਖਾ ਦੇਣ ਜਿਹਨਾਂ ਨੂੰ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੋਵੇ। ਕੋਈ ਇੱਕ PRT ਦੀ ਤਨਖਾਹ ਤਾਂ ਦਿੱਤੀ ਨਹੀਂ ਜਾਂਦੀ, ਪੱਕੇ ਮੁਲਾਜ਼ਮ ਕਿੱਥੋਂ ਕਰ ਦੇਣਗੇ? ਹਾਲੇ ਤੱਕ ਪੈਨਸ਼ਨਾਂ ਨਹੀਂ ਪਾਈਆਂ। ਇਹ ਪਹਿਲੀ ਵਾਰੀ ਹੋਇਆ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ 20-20 ਤਰੀਕ ਟੱਪ ਗਈ, ਅਤੇ ਇਹੋ ਜਿਹੇ ਹਾਲਾਤ ਦੇ ਵਿੱਚ ਅੱਜ ਜਿਹੜਾ 18-19 ਤਰੀਕ ਹੋ ਗਈ, ਅੱਜ ਪੁੱਛੋ ਮੁਲਾਜ਼ਮਾਂ ਨੂੰ ਕਿੰਨਿਆਂ ਨੂੰ ਤਨਖਾਹ ਮਿਲੀ ਹੈ, ਪੱਕੇ ਕਿੱਥੋਂ ਕਰ ਦੇਣਗੇ? ਬਜਟ ਦੇ ਵਿੱਚ ਤਾਂ ਕੁਛ ਰੱਖਿਆ ਨਹੀਂ ਇਹਨਾਂ ਨੇ। ਤੁਸੀਂ ਵੀ PRTC ਦੇ ਵਿੱਚ ਕੰਮ ਕੀਤਾ, ਰੋਡਵੇਜ਼ ਬੱਸਾਂ ਦੀ ਮੁਰੰਮਤ ਦਾ ਵੀ ਪੋਸਟਰ ਦੇ ਵਿੱਚ ਜ਼ਿਕਰ ਕੀਤਾ ਗਿਆ। ਯਾਰ ਇਹ ਤਾਂ ਨਾ ਇੰਨੇ ਹਾਲਾਤ ਮਾੜੇ ਹੋ ਗਏ, 2.5 ਰੁਪਈਆਂ ਦੇ ਲਿਫਾਫੇ ਦੀ ਵੀ ਗੱਲ ਕਰਦੇ ਨੇ, ਜਿਹੜਾ 5 ਰੁਪਈਆਂ ਦਾ ਕੋਈ ਪੈਚ ਲਾਉਂਦੇ ਨੇ ਉਹਦੀ ਵੀ ਗੱਲ ਕਰਦੇ ਨੇ। ਮੈਂ PRTC ਮੈਂ ਮਹਿਕ ਠੋਕ ਕੇ ਕਹਿਣਾ, ਮੇਰੇ ਨਾਲ ਓਪਨਲੀ ਡਿਬੇਟ ਕਰਨ। ਇਹ 2015 'ਚ PRTC ਆਕਸ਼ਨ 'ਤੇ ਸੀ, 2015 'ਚ ਉਹ PRTC ਨੂੰ ਚੱਕ ਕੇ 2 ਸਾਲਾਂ 'ਚ 550 ਬੱਸ ਪਈ ਆ, ਜਿਹੜੀ ਨੀਲੀ ਜੀ ਬੱਸ ਜਾਂਦੀ ਆ ਸੜਕਾਂ 'ਤੇ, 11 ਕਰੋੜ ਦੇ ਪ੍ਰੋਫਿਟ 'ਚ ਕੀਤਾ ਸੀ, 150 ਕਰੋੜ ਮੁਲਾਜ਼ਮਾਂ ਦਿੱਤਾ ਸੀ, ਇੱਕ ਵੀ ਬੰਦੇ ਦੀ ਪੈਡੈਂਸੀ ਨਹੀਂ ਸੀ। 16 ਮਾਰਚ 2017 ਨੂੰ ਅੱਜ ਰਿਕਾਰਡ ਕਢਾ ਕੇ ਦੇਖ ਲਓ, ਘੱਟੋ ਘੱਟ 1.40 ਕਰੋੜ ਦੇ ਕਰੀਬ ਡੇਲੀ ਇਨਕਮ ਸੀ, ਅਤੇ 11 ਕਰੋੜ ਪ੍ਰੋਫਿਟ ਦੇ ਵਿੱਚ PRTC ਸੀ, ਅਤੇ ਉਹ ਤੋਂ ਬਾਅਦ ਅੱਜ ਘੱਟੋ ਘੱਟ 550 ਕਰੋੜ ਰੁਪਈਆ PRTC ਦਾ ਪੰਜਾਬ ਸਰਕਾਰ ਦੇ ਨਾਲ ਕਢਾ ਕੇ ਦੇਖ ਲਾਂ ਕਾਗਜ਼ਾਂ 'ਤੇ। ਲਾਲਜੀਤ ਭੁੱਲਰ ਇਸ ਚੀਜ਼ ਦਾ ਜਵਾਬ ਦੇਣ, ਫਿਰ ਮੈਨੂੰ ਤਾਂ ਇੱਕ ਨਹੀਂ ਸਮਝ ਆਉਂਦੀ, ਉਹ ਭਰਾਵੋ ਤੁਸੀਂ ਆਹ ਫੋਟੋਆਂ, ਮੈਂ ਪੋਸਟਰ ਦੇਖੀ ਜਾਂਦਾ ਸੀ, ਉਹ ਐਡੇ ਐਡੇ ਜੇਲ੍ਹਾਂ ਜੀ ਵਾਲੇ ਨਾ, ਜਿਵੇਂ ਵੀ ਮੰਨ ਲਓ ਪੋਸਟਰ ਲਾਏ, ਉਹਨੂੰ ਐਂ ਪੁੱਛੋ ਵੀ ਕਿਤੇ ਪਾਣੀਪਤ ਦੀ ਲੜਾਈ ਲੜਕਿਆ ਜਾਂ ਕਾਰਗਿਲ ਦਾ ਯੁੱਧ ਲੜਿਆ ਵੀ ਜਿਹਦੇ 'ਚ ਉਹ ਜੇਲ੍ਹ 'ਚ ਬੰਦ ਹੋਇਆ ਸੀ, ਜਾਂ ਕੋਈ ਪੁਰਾਣਾ ਕੋਈ ਉਹਨੇ ਇਤਿਹਾਸ ਫਰੋਲਿਆ, ਉਹ ਜੇਲ੍ਹਾਂ ਵਾਲਾ ਉਹ ਤਾਂ ਕਰਪਸ਼ਨ ਦੇ ਕੇਸ 'ਚ ਗਿਆ ਯਾਰ, ਉਹਦੀਆਂ ਫੋਟੋਆਂ ਲਾਈ ਜਾਂਦੇ ਹੋਏ ਜੀ ਤੁਸੀਂ। ਕੇਜਰੀਵਾਲ ਦੇ ਜੇਲ੍ਹਾਂ ਵਾਲੇ ਪੋਸਟਰ ਲਾਏ ਗਏ ਨੇ, ਬੰਤੀ ਸਿੰਘਾਂ ਦੇ ਕਿਉਂ ਨਹੀਂ? ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸੀ। ਬੰਤੀ ਸਿੰਘਾਂ ਦਾ ਜਦੋਂ ਅਸੀਂ ਪੋਸਟਰ ਲਾਇਆ ਸੀ ਨਾ, ਜਦੋਂ ਭਾਈ ਰਾਜੋਆਣਾ ਸਾਹਿਬ ਦਾ ਪੋਸਟਰ ਲੱਗਿਆ ਸੀ, ਬੜੇ ਲੋਕਾਂ ਨੇ ਮਜ਼ਾਕ, ਬੜੇ ਲੋਕਾਂ ਨੇ ਗੱਲ ਕੀਤੀ, ਦੇਖੋ ਜੀ ਕੀ ਲਾਤ ਆ ਇਹ ਸਾਡੇ 'ਤੇ ਜੀ, ਦੇਖੋ ਖਾਲਿਸਤਾਨ ਦੀ ਗੱਲ ਕਰਦੇ ਨੇ, ਇਹ ਕਹਿਆ ਸੀ ਨਾ। ਅਤੇ ਯਾਰ ਬੰਦੀ ਸਿੰਘ ਤਾਂ ਜਿਨ੍ਹਾਂ ਨੇ 28-28 ਸਾਲ ਹੋ ਗਏ ਜੇਲ੍ਹ 'ਚ, ਅਤੇ ਜਿਨ੍ਹਾਂ ਨੇ ਕੌਮ ਲਈ ਜਿਹੜਾ ਕੋਈ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਪੋਸਟਰ ਐਂ ਲੱਗਣੇ ਚਾਹੀਦੇ ਸੀ ਕਿ ਇਹੋ ਜਿਹੇ ਬੰਦਿਆਂ ਦੇ ਜਿਨ੍ਹਾਂ ਨੇ ਸ਼ਰਾਬ ਦਾ ਘੁਟਾਲਾ ਨਸ਼ੇ ਦੇ ਵਿੱਚ, ਯਾਰ ਜਿਹੜੇ ਨਸ਼ੇ ਦੀ ਗੱਲ ਕਰਦੇ ਸੀ 2 ਮਹੀਨਿਆਂ 'ਚ ਖਤਮ ਕਰ ਦੂੰ, ਅੱਜ ਨਸ਼ੇ ਦੇ ਚੱਕਰ ਦੇ ਵਿੱਚ ਉਹ ਅੰਦਰ ਗਏ ਹੋਏ ਨੇ, ਸ਼ਰਾਬ ਘੁਟਾਲੇ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਬੰਦ ਹੈ, ਅਤੇ ED ਵੱਲੋਂ ਬੰਦ ਹੈ, ਅਤੇ ਪੁਖਤਾ ਸਬੂਤਾਂ ਦੇ ਨਾਲ ਬੰਦ ਹੈ। ਅਗਰ ਬਰਨਾਲੇ ਦੀ ਗੱਲ ਕਰੀਏ, ਵਪਾਰੀ ਵਰਗ ਔਰ ਕਿਸਾਨਾਂ ਦੇ ਵਿੱਚ ਆਪ 'ਚ ਮਤਭੇਦ ਚੱਲ ਰਹੇ ਨੇ, ਸੰਗਰੂਰ ਬੰਦ ਰਿਹਾ, ਭਦੌੜ, ਬਰਨਾਲਾ ਦੇ ਇਸ ਟਾਈਮ ਸੰਗਰੂਰ ਦੀਆਂ ਵੀ ਚੱਲ ਰਹੇ ਨੇ ਵੀ ਪੂਰਾ ਜ਼ਿਲ੍ਹਾ ਬੰਦ ਕਰਾਂਗੇ, ਕਿਵੇਂ ਦੇਖਦੇ ਹੋ ਚੀਜ਼ਾਂ ਨੂੰ? ਦੇਖੋ ਯਾਰ, ਕੋਈ ਵੀ ਚੀਜ਼ ਜਿਹੜੀ ਹੈ ਨਾ, ਮੈਂ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ, ਚਾਹੇ ਸਾਡੇ ਦੂਜਾ ਵਪਾਰਕ ਭਾਈਚਾਰਾ, ਕੋਈ ਵੀ ਕੰਮ ਜਿਹੜਾ ਉਹ ਬੈਠ ਕੇ ਹੱਲ ਹੋਣਾ ਚਾਹੀਦਾ, ਅਤੇ ਕਿਸੇ ਨੂੰ ਵੀ ਕਿਸੇ ਕੰਮ ਵਾਸਤੇ, ਦੇਖੋ ਕਾਰੋਬਾਰ ਹੈ, ਅੱਜ ਕਿਸਾਨ ਜਥੇਬੰਦੀਆਂ ਦਾ ਵੀ ਕਾਰੋਬਾਰ ਕੰਮ ਕਾਰ ਕਰਦੇ ਨੇ, ਆਪਾਂ ਸਾਰੇ ਕਿਸਾਨ ਭਰਾ, ਬਹੁਤ ਸਾਰੇ ਆੜ੍ਹਤੀਏ ਨੇ, ਬਿਜ਼ਨਸਮੈਨ ਨੇ, ਅਤੇ ਸਾਡੇ ਦੂਜੇ ਵਪਾਰੀ ਭਰਾ ਵੀ ਨੇ, ਅਤੇ ਮੈਨੂੰ ਲੱਗਦਾ ਜਿੱਥੇ ਜਿਹੜਾ ਸਹੀ ਹੋਣਾ ਚਾਹੀਦਾ ਉਹਦੀ ਸਹੀ ਦਾ ਸਾਥ ਦੇਣਾ ਚਾਹੀਦਾ, ਅਤੇ ਗਲਤ ਨੂੰ ਆਪਾਂ ਨੂੰ ਠੋਕ ਕੇ ਜਵਾਬ ਦੇਣਾ ਚਾਹੀਦਾ, ਉਹ ਚਾਹੇ ਕੋਈ ਵੀ ਹੈ, ਚਾਹੇ ਉਹ ਵਪਾਰਕ ਭਾਈਚਾਰਾ, ਚਾਹੇ ਉਹ ਕਿਸਾਨ ਜਥੇਬੰਦੀ ਹੈ, ਜਿਹੜਾ ਗਲਤ ਕਰਦਾ, ਜਿਹੜਾ ਧੱਕਾ ਕਰਦਾ, ਕਿਸੇ ਦੇ ਕਾਰੋਬਾਰ 'ਚ ਦਖਲ ਅੰਦਾਜ਼ੀ ਦਿੰਦਾ, ਉਹਦੀ ਅਸੀਂ 100% ਨਿਖੇਧੀ ਕਰਦੇ ਹਾਂ। ਪਰ ਇਹ ਚੀਜ਼ਾਂ ਦਾ ਮਸਲਾ ਜਿਹੜਾ, ਇਹਨੂੰ
ਨੂੰ ਬੈਠ ਕੇ ਨਿਬੇੜਨੇ ਚਾਹੀਦੇ ਨੇ। ਇਹ ਬੜੇ ਸੰਜੀਦਾ ਮਸਲੇ ਨੇ। ਇਹ ਸਰਕਾਰ ਦੇ ਵਿੱਚ ਕੀ ਮਸਲਾ ਹੋ ਰਿਹਾ? ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦੇ ਦੀ ਚੱਲੀ ਹੈ, ਇਹਨਾਂ ਦਾ ਇੱਕੋ ਮਸਲਾ ਹੈ ਕਿ ਮਸਲੇ ਮੁੱਦਿਆਂ ਨੂੰ ਖੜ੍ਹੇ ਰੱਖੋ, ਮੁੱਦਿਆਂ ਨੂੰ ਉਂਗਲਾਂ ਲਾ ਲਾ, ਲੋਕਾਂ ਨੂੰ ਲੜਾਈ ਚੱਲੋ, ਭੜਕਾਈ ਚੱਲੋ, ਲੋਕਾਂ ਦਾ ਧਿਆਨ ਭਟਕਾਈ ਚੱਲੋ, ਅਤੇ ਜਿਹੜੇ ਅਸਲੀ ਕੰਮ ਨੇ ਡਿਵੈਲਪਮੈਂਟ ਦੀ। ਆ ਮੈਂ ਇੱਥੇ ਗੱਲ ਜ਼ਿਕਰ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਜਿਹੜਾ ਭਵਾਨੀਗੜ੍ਹ ਤੋਂ ਨਾਭਾ ਰੋਡ, ਫਤਿਹਗੜ੍ਹ ਸਾਹਿਬ ਵਾਲੀ ਰੋਡ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਸਟੇਜ ਤੋਂ ਬੋਲਿਆ ਗਿਆ। ਮੈਨੂੰ ਐਂ ਦੱਸੋ, ਉਸ ਦਾ ਅੱਜ ਤੱਕ 2.5 ਸਾਲਾਂ 'ਚ 3 ਵਾਰ ਟੈਂਡਰ ਹੋ ਕੇ ਕੈਂਸਲ ਹੋ ਗਿਆ, ਬਣਾਉਣ ਨਹੀਂ ਆਇਆ ਠੇਕੇਦਾਰ? ਕੀ ਇਹਦਾ ਮਤਲਬ ਸਰਕਾਰ ਕੋਲ ਕਿਉਂ? ਮੈਂ ਪੁੱਛਿਆ ਜਦੋਂ ਉਹਨਾਂ ਨੂੰ, ਇੱਕ ਦੋ ਬੰਦਿਆਂ ਨੂੰ ਪੁੱਛਿਆ ਕਿਉਂ ਨਹੀਂ ਬਣਾਈ, ਕਹਿੰਦੇ ਜੀ ਸਰਕਾਰ ਦੇ ਖਜ਼ਾਨੇ 'ਚ ਪੈਸੇ ਹੈ ਨਹੀਂ, ਕਹਿੰਦਾ ਬਣਾਉਣ ਵਾਸਤੇ ਟੈਂਡਰ ਲਾ ਦਿੰਦੇ ਨੇ, ਪੈਸੇ ਖਜ਼ਾਨੇ ਦੇ ਵਿੱਚ ਹੈ ਨਹੀਂ, ਇਸ ਕਰਕੇ ਸੜਕ ਬਣਦੀ ਨਹੀਂ। ਕਿਸਾਨ ਯੂਨੀਅਨ ਵਿਰੋਧ ਕਰ ਰਹੇ ਨੇ ਬੀਜੇਪੀ ਦਾ, ਕਿਵੇਂ ਦੇ? ਬੜੀ ਸਹੀ ਗੱਲ ਹੈ, ਕਰਨਾ ਚਾਹੀਦਾ, ਕਿਉਂਕਿ ਜੋ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ। ਕੇਂਦਰ ਦੇ ਨਾਲ ਲੜਾਈ ਹੈ, ਅਸੀਂ ਕਿਉਂ ਤੋੜਿਆ? ਅਸੀਂ ਜੇ ਅਸੀਂ ਨਾਤਾ ਤੋੜਿਆ, ਪਿਛਲੇ 30 ਸਾਲਾਂ ਦਾ ਨਾਤਾ ਤੋੜਿਆ, ਜਿਹੜਾ ਅਨਕੰਡੀਸ਼ਨਲ ਸਾਡਾ ਅਲਾਇੰਸ ਸੀ ਉਹ ਪੰਜਾਬ ਅਤੇ ਪੰਜਾਬ ਦੇ ਹਿੱਤਾਂ ਲਈ, ਕਿਸਾਨੀ ਦੇ ਹਿੱਤਾਂ ਲਈ ਤੋੜਿਆ, ਪੰਥਕ ਹਿੱਤਾਂ ਲਈ ਤੋੜਿਆ। ਸੋ ਇਸ ਕਰਕੇ ਡੈਫੀਨੇਟ ਹੈ ਵਿਰੋਧ, ਹਾਂ ਸਾਰਥਿਕ ਵਿਰੋਧ ਹੋਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਚੀਜ਼ 'ਚ ਉਹਦੇ 'ਚ ਹੁੱਲੜਬਾਜ਼ੀ ਆ, ਉਸ ਤਰ੍ਹਾਂ ਸਵਾਲ ਕਰੋ, ਬੈਠ ਕੇ ਗੱਲ ਕਰੋ, ਚਰਚਾ ਕਰੋ, ਜਿੱਥੇ ਉਹ ਬੰਦਾ ਨਹੀਂ ਜਵਾਬ ਦੇ ਸਕਦਾ ਅਤੇ ਉੱਥੇ ਉਹਨੂੰ ਕਹਿਣਾ ਚਾਹੀਦਾ ਕਿ ਤੁਸੀਂ ਸਾਡੇ ਵਿਚਕਾਰ ਨਹੀਂ ਆਉਣਾ। ਦੇਖੋ ਜੀ, ਅਸੀਂ ਪਹਿਲੀ ਗੱਲ ਧੰਨਵਾਦ ਕਰਦੇ ਹਾਂ ਸਾਡੇ ਰੰਧਾਵਾ ਵੀਰ ਜੀ ਦਾ, ਸਾਰੀ ਜਿਹੜੀ ਇੱਥੇ ਦੀ ਕਮੇਟੀ ਇਹਨਾਂ ਦੀ ਬਣੀ ਹੋਈ ਹੈ, ਗੋਲਡੀ ਤੂਰ ਜੀ ਦਾ, ਜਿਨ੍ਹਾਂ ਨੇ ਆਪਣਾ ਇੱਥੇ ਦਫ਼ਤਰ ਖੋਲ੍ਹਿਆ। ਅਤੇ ਦਫ਼ਤਰ ਖੋਲ੍ਹਣ ਦਾ ਇਹੀ ਕਾਰਨ ਹੈ ਜੀ, ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਜਿਵੇਂ ਸਾਡੇ ਵਰਕਰ ਨੇ ਜਾਂ ਕੋਈ ਕੰਮ ਕਰਦੇ ਨੇ ਜਾਂ ਉੱਥੇ ਲਾਉਂਦੇ ਨੇ, ਵੀ ਦਫ਼ਤਰ ਦੇ ਵਿੱਚ ਆ ਕੇ ਥੋੜ੍ਹਾ ਟਾਈਮ ਆਪਣਾ ਜਿਹੜਾ ਹੈਗਾ ਰੈਸਟ ਕਰਕੇ ਫਿਰ ਰੌਂਡ ਲਾਉਣਾ ਸ਼ੁਰੂ ਕਰ ਦਿੰਦੇ। ਲੋਕਾਂ 'ਚ ਕਿਵੇਂ ਲੈ ਕੇ ਮੁੱਦੇ ਜਾਓਗੇ? ਆਮ ਆਦਮੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਦਿਆਂ ਦੇ, ਦੇਖੋ ਜੀ ਉਹ ਤੁਹਾਨੂੰ ਵੀ ਪਤਾ ਹੀ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਨੇ, ਅਸੀਂ ਉਹ ਕੰਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਘਰ ਘਰ ਦੇ ਵਿੱਚ ਅਸੀਂ ਗੱਲ ਪਹੁੰਚਾਈਏ। ਕੀ ਰਿਸਪੌਂਸ ਮਿਲ ਰਿਹਾ? ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ। ਸਾਡੀਆਂ ਜਿਹੜੀਆਂ ਭੈਣਾਂ ਨੇ ਪਿਛਲੇ ਸਮੇਂ ਜੇ ਝਾੜੂ ਵਾਲਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ 1000 ਰੁਪਏ ਦੇ ਲਾਲਚ ਦੇ ਵਿੱਚ ਆ ਕੇ ਵੋਟਾਂ ਪਾਈਆਂ ਸੀ, ਅੱਜ ਜਿਹੜੀਆਂ ਸਾਰੀਆਂ ਸਾਡੀਆਂ ਭੈਣਾਂ ਨੇ ਉੱਠ ਕੇ ਸਾਡੇ ਨਾਲ ਜੁੜ ਗਈਆਂ। ਸਾਡੀ ਭੈਣ ਇੱਥੋਂ ਕਿਸਾਨ ਯੂਨੀਅਨ ਦੀ ਪ੍ਰਧਾਨ ਹੈ, ਇਹ ਬੀਬੀ ਹੈ ਜਿਹੜੀ, ਇਹ ਵੀ ਸਾਡੇ ਨਾਲ ਜੁੜੀਆਂ ਨੇ, ਜਿਹਨਾਂ ਅਸੀਂ ਪਿੰਡਾਂ ਦੇ ਵਿੱਚ ਵਰਕ ਕਰ ਰਹੇ ਹਾਂ ਸਾਡੇ ਨਾਲ। ਸਵੇਰ ਤੋਂ 8 ਵਜੇ ਤੋਂ ਫੋਨ ਇਹਨਾਂ ਦਾ ਮੈਨੂੰ ਆ ਜਾਂਦਾ, ਸਵੇਰੇ ਅਸੀਂ 8:30 ਵਜੇ ਤੋਂ ਅਸੀਂ ਜਿਹੜੇ ਆਪਣੇ ਰਾਊਂਡ ਲਾਉਣੇ ਸ਼ੁਰੂ ਕਰ ਦਿੰਦੇ। ਸੀਐਮ ਕਹਿੰਦੇ ਵੀ ਮੈਂ ਜਿੱਦਣ 1000 ਰੁਪਏ ਚਾਲੂ ਕਰਤਾ ਤਾਂ ਮੈਂ ਦਊਂਗਾ, ਉਹ ਤਾਂ ਉਹਦੀਆਂ ਗੱਲਾਂ ਕਹਿਣ ਦੀਆਂ ਨੇ, ਉਹਨੇ ਕਿਹੜੇ 1000 ਰੁਪਈਏ ਦੇਣੇ ਨੇ, ਕਿਹੜਾ ਗੱਲਾਂ ਕਿੰਨੇ ਦੇ ਤਾਂ 25-25 ਹਜ਼ਾਰ ਰੁਪਈਆ ਬਣ ਗਿਆ। ਇਹ ਤਾਂ ਹੁਣ ਚੰਗੀ ਤਰ੍ਹਾਂ ਚੋਪੜਨੀ ਆ ਪਿੰਡਾਂ ਦੇ ਵਿੱਚ, ਬੀਬੀਆਂ ਕੋਲ ਚਲਾ ਜਾਵੇ ਖੜ ਕੇ। ਭਰਾ ਅੱਜ ਗਈ ਸੀ, ਥੋੜ੍ਹੇ ਦਿਨ ਹੋ ਗਿਆ, ਕੱਲ੍ਹ ਬਖੋ ਪਿੰਡ ਜਾ ਕੇ ਆਈਏ ਪਿੰਡ, ਉੱਥੋਂ ਛਿੱਤਰ ਖਾ ਕੇ ਆਏ ਨੇ। ਇਹ ਤਾਂ ਹਰੇਕ ਹੀ ਪਿੰਡ ਛਿੱਤਰ ਹੀ ਖਾਣਗੇ ਹੁਣ, ਜਾਣ ਤਾਂ ਸਹੀ।